माशाल्लाह चेक करो व्यू शार्प। लो जी व्यूअर्स फाइनली आ पिछे तुसी दीवारां वेख रहे हो, आपां यूनीवर्सिटी चिंटर हो गए हाँ जी शारदा पीस यूनीवर्सिटी के इंशाल्लाह ताला हुण तुहानूं यूनीवर्सिटी का VIP जिहा विजिट करवाने आ। इत्थे पुरानी काफ़ी ज़्यादा दीवारां ने, ओल्ड आ, सांह चढ़ गया जी उत्ते चढ़ के सीढ़ियां तों, ते इंशाल्लाह ताला तुहानूं सारा उहदे दा नज़ारा विखाने आ हुण। ਵੀਵਰਸ ਫਾਈਨਲੀ ਆਪਾਂ ਸਲਾਮ ਮਾਰ ਲਿਆ ਜੀ, ਆ ਭੱਟ ਸਾਹਿਬ ਬਹਿ ਰਹੇ ਹੋ, ਕਾਸ਼ੀ ਭਾਈ ਬਹਿ ਰਹੇ ਆ, ਤੇ ਪਿੱਛੇ ਹੀ ਸਾਡੇ ਇਧਰਲੀ ਸਾਈਡ ਤੇ ਗਾਈਡਰ ਵੀ ਸਾਡੇ ਬਹਿ ਰਹੇ ਆ, ਛੋਟੇ ਜਿਹੇ ਗਾਈਡਰ ਸਾਨੂੰ ਲੱਭੇ ਆ, ਤੇ ਇਨਸ਼ਾਅੱਲਾ ਤਾਲਾ ਹੁਣ ਅਸੀਂ ਜਾ ਰਹੇ ਹਾਂ ਜੀ ਸ਼ਾਰਦਾ ਦੇ ਵਿੱਚ, ਇੱਕ ਕਦੀਮ ਯੂਨੀਵਰਸਿਟੀ ਜੇ ਕੋ 500 400 ਸਾਲ ਪੁਰਾਣੀ ਆ, ਮਾਰਤਾ ਨੇ ਯੂਨੀਵਰਸਿਟੀ ਸੀ ਪੁਰਾਣੇ ਦੌਰ ਦੀ, ਲੇਕਿਨ ਹੁਣ ਤੇ ਉਹ ਇਮਾਰਤ ਹੀ ਰਹਿ ਗਈ ਜੀ, ਉਹਦਾ ਵਿਜ਼ਿਟ ਕਰਦੇ ਹਾਂ, ਬਰਫ਼ ਵਗੈਰਾ ਉੱਥੇ ਵੀ ਪਈ ਜੀ, ਉੱਧਰ ਨੂੰ ਜਾ ਰਹੇ ਹਾਂ ਇਨਸ਼ਾਅੱਲਾ ਤਾਲਾ, ਤੇ ਆਪਾਂ ਨਾਲ ਜਾ ਰਹੇ ਹਾਂ, ਤਾਂ ਮੈਂ ਕਿਹਾ ਭਾਈਆਂ ਨੂੰ ਵੀ ਵਿਖਾਉਂਦੇ ਹਾਂ ਜਾ ਕੇ। ਅਤੇ ਦੂਸਰੀ ਗੱਲ ਇਹ ਜੇ ਕਿ ਇੱਥੇ ਹੋਰ ਵੀ ਚੀਜ਼ਾਂ ਜੇ ਮਜੀਦ ਇਨਸ਼ਾਅੱਲਾ ਤਾਲਾ, ਕੋਸ਼ਿਸ਼ ਕਰਾਂਗੇ ਕਿ ਇੱਕ ਵੀਡੀਓ 'ਚ ਹੋ ਜਾਣ, ਜੇ ਇੱਕ 'ਚ ਨਾ ਹੋਈਆਂ ਤਾਂ ਇਨਸ਼ਾਅੱਲਾ ਪਾਰਟ ਕਰ ਦੇਵਾਂਗੇ, ਅਤੇ ਤੁਹਾਨੂੰ ਵੇਖਣੀਆਂ ਪੈਣਗੀਆਂ ਇਨਸ਼ਾਅੱਲਾ ਖੂਬਸੂਰਤੀ ਕਸ਼ਮੀਰ ਦੀ ਟੋਟਲ ਤੁਹਾਨੂੰ ਵਿਖਾਵਾਂਗੇ। ਅਤੇ ਹੁਣ ਫਿਲਹਾਲ ਤਾਂ ਅਸੀਂ ਜਾ ਰਹੇ ਹਾਂ ਜੀ ਫਿਲਹਾਲ ਉੱਧਰ ਨੂੰ ਯੂਨੀਵਰਸਿਟੀ ਵੱਲ ਨੂੰ। ਗਾਈਡਰ ਸਾਹਿਬ ਕਿਹੜੀ ਯੂਨੀਵਰਸਿਟੀ ਜੇ? ਨਾਮ ਕਿਆ? ਸ਼ਾਰਦਾ ਪੀਥ ਜੀ, ਸ਼ਾਰਦਾ ਪੀਥ, PEETH, ਸ਼ਾਰਦਾ ਪੀਥ ਯੂਨੀਵਰਸਿਟੀ ਦਾ ਨਾਮ ਜੇ, ਅਤੇ ਕੋਈ 500-600 ਸਾਲ ਪੁਰਾਣੀ ਜੇ ਇੱਥੇ, ਜਿਹੜੇ ਮਾਸ਼ਾਅੱਲਾ ਇੱਜਰ ਨੇ 100-150 ਸਾਲ ਪੁਰਾਣੇ, ਉਹਨਾਂ ਨੂੰ ਨਾਮ ਵੀ ਨਹੀਂ ਪਤਾ ਸਹੀ, ਲੇਕਿਨ ਉਹ ਕਹਿ ਰਹੇ ਬਹੁਤ ਜ਼ਿਆਦਾ ਪੁਰਾਣੀ ਹੈ ਕਿ ਉਹਨਾਂ ਦੇ ਦਾਦਿਆਂ ਵਡੇਰਿਆਂ ਦੇ ਨਾਮ ਤੋਂ ਚੱਲ ਰਿਹਾ ਜੇ, ਅਤੇ ਪੀਥ ਯੂਨੀਵਰਸਿਟੀ ਜੇ ਇੱਥੋਂ ਅਸੀਂ ਪਤਾ ਕਰਵਾਇਆ ਜੇ ਸ਼ਾਰਦਾ ਦੇ ਵਿੱਚ, ਅਤੇ ਇਨਸ਼ਾਅੱਲਾ ਤਾਲਾ ਹੁਣ ਉੱਧਰ ਨੂੰ ਚੱਲੇ ਹਾਂ ਅਤੇ ਜਾ ਕੇ ਮਿਲਦੇ ਹਾਂ ਤੁਹਾਨੂੰ ਉੱਧਰ ਨੂੰ। ਫਾਈਨਲੀ ਗੱਡੀ ਪਾਰਕ ਕਰਤੀ ਜੇ ਜੀ, ਇੱਥੋਂ ਹੁਣ ਪੈਦਲ ਜਾਣਾ ਜੇ, ਗੱਡੀ ਨਹੀਂ ਜਾ ਰਹੀ ਇੱਧਰ, ਅਤੇ ਮਾਸ਼ਾਅੱਲਾ ਨਜ਼ਾਰੇ ਚੈੱਕ ਕਰੋ ਜੀ ਯੂਨੀਵਰਸਿਟੀ ਵੱਲ ਦੇ ਟਰੈਕ 'ਤੇ ਹਾਂ, ਜਿਸ ਤਰ੍ਹਾਂ ਅੱਗੇ ਨੂੰ ਆ ਰਹੇ ਹਾਂ, ਅਤੇ ਬਰਫ਼ ਮਾਸ਼ਾਅੱਲਾ ਮਜ਼ੀਦ ਹੋਈ ਜਾ ਰਹੀ ਜੇ, ਅਤੇ ਹੁਣ ਆਪਾਂ ਗੱਡੀ ਛੱਡੀ ਤਾਂ ਲਾਤੀ ਜੇ, ਅਤੇ ਇੱਥੋਂ ਚੱਲਦੇ ਹਾਂ, ਉਹ ਗਾਈਡਰ ਸਾਡਾ ਵੇਟ ਕਰ ਰਿਹਾ ਜੇ, ਅਤੇ ਇਨਸ਼ਾਅੱਲਾ ਤਾਲਾ ਉੱਤੇ ਜਾ ਕੇ ਤੁਹਾਨੂੰ ਆਪਾਂ ਯੂਨੀਵਰਸਿਟੀ ਵਿਖਾਉਂਦੇ ਹਾਂ ਜੀ, ਪੀਥ ਯੂਨੀਵਰਸਿਟੀ ਜੇ ਸ਼ਾਰਦਾ ਦੇ ਵਿੱਚ, ਕੋਈ ਕਾਫ਼ੀ ਜ਼ਿਆਦਾ ਪੁਰਾਣੀ ਜੇ, ਅਤੇ ਮਾਸ਼ਾਅੱਲਾ ਆਪਾਂ ਵੀ ਪਹਿਲੀ ਵਾਰੀ ਆਏ ਹਾਂ, ਜਾ ਕੇ ਵੇਖਦੇ ਹਾਂ ਹੁਣ ਉਹਨੂੰ ਜੀ। ਇਸ ਟਾਈਮ ਆਪਾਂ ਆ ਗਏ ਹਾਂ ਜੀ ਸ਼ਾਰਦਾ ਪੀਥ ਯੂਨੀਵਰਸਿਟੀ ਦੇ ਕੋਲ ਜੀ, ਸ਼ਾਰਦਾ ਦੇ ਵਿੱਚ ਮੌਜੂਦ ਹਾਂ ਆਜ਼ਾਦ ਕਸ਼ਮੀਰ, ਅਤੇ ਠੰਡ ਬਹੁਤ ਜੇ, ਮੋਬਾਈਲ ਕੰਬਣ ਦਿਆ ਜੇ, ਅਤੇ ਆਪਾਂ ਹੁਣ ਜਾ ਰਹੇ ਹਾਂ ਯੂਨੀਵਰਸਿਟੀ ਵੱਲ ਨੂੰ, ਆ ਗੱਡੀ ਇੱਥੇ ਖਿਲਾਰ ਛੱਡੀ ਜੇ, ਅਤੇ ਉਹ ਪਿੱਛੇ ਆਪਾਂ ਪੈਦਲ ਹੈਕਿੰਗ 'ਤੇ ਜਾਣਾ ਜੇ, ਅਤੇ ਇੱਧਰਲੀ ਸਾਈਡ 'ਤੇ ਮਾਸ਼ਾਅੱਲਾ ਨਜ਼ਾਰਾ ਚੈੱਕ ਕਰੋ, ਪੂਰਾ ਬਰਫ਼ਾਂ ਜੇ, ਅਤੇ ਹੁਣ ਆਪਾਂ ਜਾ ਰਹੇ ਹਾਂ ਜੀ ਯੂਨੀਵਰਸਿਟੀ ਵੱਲ, ਪੀਥ ਯੂਨੀਵਰਸਿਟੀ ਜੇ ਸ਼ਾਰਦਾ ਦੇ ਵਿੱਚ, ਆਜ਼ਾਦ ਕਸ਼ਮੀਰ, ਨੀਲਮ ਵੈਲੀ, ਅਤੇ ਇਨਸ਼ਾਅੱਲਾ ਤਾਲਾ ਜਾ ਕੇ ਅੱਜ ਤੁਹਾਨੂੰ ਉਹਦਾ ਵਿਜ਼ਿਟ ਕਰਵਾਉਂਦੇ ਹਾਂ। ਲਓ ਜੀ ਵੀਵਰ, ਫਾਈਨਲੀ ਆਪਾਂ ਪੈਦਲ ਜਾ ਰਹੇ ਹਾਂ ਯੂਨੀਵਰਸਿਟੀ ਵੱਲ ਜੀ, ਪੀਥ ਯੂਨੀਵਰਸਿਟੀ ਵੱਲ, ਅਤੇ ਅੱਗੇ ਇੱਥੇ ਆਰਮੀ ਦੀ ਚੈੱਕ ਪੋਸਟ ਆ, ਕੈਮਰਾ ਨਹੀਂ ਅਲਾਓ ਹੈ, ਅਤੇ ਆਪਾਂ ਕੈਮਰਾ ਬੰਦ ਕਰ ਦੇਣ। ਲਓ ਜੀ ਵੀਵਰ, ਫਾਈਨਲੀ ਸੀੜੀਆਂ ਤੋਂ ਜਾ ਰਹੇ ਹਾਂ ਹੁਣ ਉੱਪਰ ਯੂਨੀਵਰਸਿਟੀ ਵੱਲ, ਆ ਚੈੱਕ ਕਰੋ ਸੀੜੀ, ਅੱਗੋਂ ਸਾਰਾ ਸੀੜੀਆਂ ਦਾ ਟਰੈਕ ਜੇ ਜੀ ਯੂਨੀਵਰਸਿਟੀ ਦੇ ਜਾਣ ਵਾਲ, ਅਤੇ ਸ਼ਾਰਦਾ ਕਸ਼ਮੀਰ ਦੇ ਵਿੱਚ, ਅਤੇ ਹੁਣ ਹਾਈਕਿੰਗ ਕਰਕੇ ਆਪਾਂ ਵੀ ਜਾ ਰਹੇ ਹਾਂ ਜੀ। ਲਓ ਜੀ ਆਪਣੀ ਵੀ ਹਾਈਕਿੰਗ ਸ਼ੁਰੂ ਹੋ ਗਈ ਜੇ ਜੀ, ਇਹ ਆਪਾਂ ਜੀ ਸ਼ਾਰਦਾ ਤੋਂ ਆ ਰਹੇ ਹਾਂ ਜੀ, ਅਤੇ ਟਾਪ 'ਤੇ ਗੱਡੀ ਲਾਤੀ ਜੀ ਜਿੱਥੇ ਤੱਕ ਆਈ ਜੀ, ਅੱਗੇ ਪੈਦਲ ਹਾਈਕਿੰਗ ਸੀ, ਪੈਦਲ ਜਾ ਰਹੇ ਹਾਂ ਹੁਣ ਜੀ, ਪੈਦਲ ਜਾ ਕੇ ਇਨਸ਼ਾਅੱਲਾ ਤਾਲਾ ਤੁਹਾਨੂੰ ਪੀਥ ਯੂਨੀਵਰਸਿਟੀ ਵਿਖਾਉਂਦੇ ਹਾਂ ਸ਼ਾਰਦਾ ਦੇ ਵਿੱਚ, ਅਤੇ ਸਾਹ ਚੜ੍ਹ ਜਾਂਦਾ ਜੇ ਪਹਾੜਾਂ ਦੇ ਉੱਤੇ ਚੜ੍ਹਨ ਲੱਗੇ, ਅਤੇ ਮਾਸ਼ਾਅੱਲਾ ਬਿਹਤਰੀਨ ਸਨੋ ਫਾਲਿੰਗ ਜੇ ਸਾਈਡ 'ਤੇ, ਬਰਫ਼ਾਂ ਦੇ ਵਿੱਚੋਂ ਆ ਸੀੜੀਆਂ 'ਤੇ ਜਾ ਰਹੇ ਹਾਂ ਜੇ ਸਮਝੋ ਆਪਾਂ, ਅਤੇ ਮਾਸ਼ਾਅੱਲਾ ਖੂਬਸੂਰਤ ਵਿਊ ਦਿੰਦੇ ਹਾਂ ਤੁਹਾਨੂੰ ਹਨ ਕਰੀਬ ਜਾ ਕੇ। ਇੱਥੋਂ ਫਾਈਨਲ ਆਪਾਂ ਇੰਟਰ ਹੋ ਗਏ ਹਾਂ। ਲਓ ਜੀ ਆ ਜੇ ਜੀ ਸ਼ਾਰਦਾ ਪੀਥ ਯੂਨੀਵਰਸਿਟੀ, ਆ ਜੇ ਉਹ ਦੀਵਾਰਾਂ ਰਹਿ ਗਈਆਂ ਜੇ 600 ਸਾਲ ਪੁਰਾਣੀਆਂ। ਲਓ ਮਾਸ਼ਾਅੱਲਾ ਚੈੱਕ ਕਰੋ, ਅੰਦਰ ਜਾ ਕੇ ਹੁਣ ਇਹਦੀ ਬਰੀਫ ਲੈਂਦੇ ਹਾਂ, ਹਿਸਟਰੀ ਲੈਂਦੇ ਹਾਂ, ਉਹ ਲਿਖੀ ਜੇ ਉਹਨੂੰ ਚੈੱਕ ਕਰਦੇ ਹਾਂ, ਅਤੇ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਸਾਰਾ ਇਹਦਾ। ਲਓ ਜੀ ਵੀਵਰਸ, ਮਾਸ਼ਾਅੱਲਾ ਜੀ ਯੂਨੀਵਰਸਿਟੀ ਤੋਂ ਨਜ਼ਾਰਾ ਚੈੱਕ ਕਰੋ ਤੁਸੀਂ ਕੇਲ ਦਾ, ਮਾਸ਼ਾਅੱਲਾ ਖੂਬਸੂਰਤੀ ਚੈੱਕ ਕਰੋ ਜੀ ਤੁਸੀਂ ਆਜ਼ਾਦ ਕਸ਼ਮੀਰ ਦੀ। ਇੱਥੋਂ ਸੀੜੀਆਂ ਤੋਂ ਉੱਤੇ ਆਉਣਾ ਜੇ ਯੂਨੀਵਰਸਿਟੀ ਵਾਸਤੇ, ਪੀਥ ਯੂਨੀਵਰਸਿਟੀ ਦਾ ਨਜ਼ਾਰਾ, ਪੁਰਾਣੀਆਂ ਇਮਾਰਤਾਂ ਜੇ ਜੀ,
कोई 700-600 साल पुरानी इत्थे यूनिवर्सिटी सी जी। तो हुण उहनू शारदा जो फिर अपने को आया जे तो आप शारदा दे विच उहनू कन्वर्ट किया गया इत्थे ही सी। तो शारदा दे विच आपां नूं वो मिली जे यूनिवर्सिटी तो इमारतां ही रह गई बिल्डिंगां ही तो उहदा विजिट करवाने इंशाला हुण तुहानूं आ उपर आपां आ गए हैं सीढ़ियां चढ़ के इंटरस्ट है तो माशाला मैं कहा जी लुक चैक करा दीए शारदा सिटी की जी शारदा विलेज शारदा वैली। लो जी वीवर्स फाइनली ब्रीफ हिस्टरी शारदा पीथ यूनिवर्सिटी। लो जी आ हिस्टरी जे तो कोई भी भाई स्लोमो करके पढ़ लिया जे रोक के आप तुहानूं बस विखा देन लगे हैं। लो जी फाइनली आप पहुँच आए हैं तो माशाला तुहानूं हुण नज़ारे दिने हैं इहदे। लो चैक करो और भाई जे सह चढ़ गया जे आन लगे तो आ माशाला जी आ कदीम दीवारां जे जी तो वह कह रहे कि चैक पोस्ट से आर्मी तो उन्होंने पूछा उन्होंने तकरीबन 600-700 पुरानिया साल है दीवारा जे। इधर भी आ कोई हिस्टरी वगैरह लिखी जे ये बारे च जी तो माशाला तुसी नज़ारा चैक करो दीवारा दे पत्थर दियाँ दीवारा बनिया हुई जी। ये जी यूनिवर्सिटी उस दौर की शारदा यूनिवर्सिटी चनू फिर कन्वर्ट किया गया जी 1873 च तो उस तो पहले दी कितने बनी जे। माशाला चेक करो व्यू शारदा पीथ यूनिवर्सिटी साइडा तो टोटल स्नो जे खूबसूरत मंजर जे तो आ हाइट ते जी ए जे आ दीवार जी तुसी देख रहे हो ये जी सी शारदा यूनिवर्सिटी मेन तो वो अपने भाई उधर नाल शूट कर रहे जे। तो मैं क्या चलो जी अज आए सी कश्मीर वाली साइड ते तो मैं क्या जी चीज़ है जे भाइयों कोई वीडियो बनाई जाए ब्लॉग की सूरत दिखाई जाए हर चीज़ तो माशाला लोग चैक करो तुसी शारदा पीथ जी तहसील शारदा ज़िला नीलम वैली आज़ाद कश्मीर पाकिस्तान जिंदाबाद। लो जी वीवर्स फाइनली आप पहुँच आए हैं इतने शारदा यूनिवर्सिटी के बिल्कुल करीब से वेखो जी पानी चल रहा लेकिन आ वेख्या जे पानी उत्ते बर्फ जे थले पानी चल रहा जे आ डोन भाई नूं कहा हिम्मत मारो चादर तो इन्हें कल दी लाई नहीं है तो आ देखिया जे कि इत्थे पूरी स्लीपिंग हुई जे कोहरा जमया जे वो चैक करो माशाला खूबसूरत व्यू जे यूनिवर्सिटी की इंटरस्ट है पीथ यूनिवर्सिटी जे तो गड्डी वो खलोती जे माशाला अपनी। लो जी वीवर्स माशाला कश्मीर की खूबसूरती शारदा केल की खूबसूरती जी माशाला जी टोटल चिट्टी पट्टी हुई जे तो ठंड लग रही जे बहुत ज़्यादा वो उपर चैक करो माशाला माहौल शारदा जी वैली नीलम वैली जी नीलम वैली आज़ाद कश्मीर शारदा च इस टाइम आप मौजूद हाँ तो आ देखो बच्चे इंजॉय कर रहे जे इत्थे दे ते लो जी साडा भाई डोन भी करन लगा जे शारदा दे विच इंजॉयमेंट आन दिओ काशी भाई ओ आया जे आया जे आया जे साडा काशी भी आया जे ओ वाह काशी भाई फेल हो गए काशी भाई फेल हो गए। लो जी माशाला मेरी जीप मिस कर रही जे इधर नहीं आ सकी है अगे रास्ता ही नहीं सी आया बस उत्थे तक ही जा सकी जे कोशिश तो बड़ी की थी लेकिन अगे नहीं आया अगे समझो तुसी वो वेख रहे हो उत्थों रास्ता खत्म हो गया जे पैदल सी तो पैदल आ गए हैं जी तो माशाला स्नो पूरी इंजॉय हो रही जे इत्थे साडे बंदियां जी जान च जान आई जे बर्फ वेख के केल वाली साइड ते तो माशाला हुण इत्थे खूबसूरत इंजॉय हो रहा जे मैं क्या चलो जी नाल केल की खूबसूरती शारदा की भाइयों विखाइए आज़ाद कश्मीर की ब्यूटी विखाइए जी तो लो नज़ारे बर्फा दे। लो जी वीवर्स फाइनली बहुत ठंड जी पिछे तुसी चैक कर लो जी चिट्टी पट्टी विच गई जे इस टाइम आप कश्मीर नीलम वैली तो आज़ाद कश्मीर शारदा केल सारिया के मौजूद हाँ समझो इस टाइम आप शारदा तो केल के सेंटर से मौजूद हाँ किसी गाँव के तो माशाला खूबसूरत नज़ारा सी मैं क्या चलो जी छोटा जहा नज़ारा चैक करवाओ। लो माशाला तुसी नज़ारा चैक करो कश्मीर कश्मीर है जी माशाला कश्मीर की ब्यूटी चेक करो जी खूबसूरती। कश्मीर नीलम वैली जी आओ देखो माशाला बच्चे इंजॉय कर रहे जे इस टाइम आप जी शारदा के मौजूद
तो माशाला जी खूबसूरत नज़ारा सी बर्फ़ के टम्परेचर तो लो जे लेकिन फिर भी चलो मज़ा आ रहा जी इंजॉय कर रहे हैं। 10 मिनट मैं क्या चलो बाहर निकल के नाले वीडियो शीडियो रिकॉर्ड करते हैं जी तो नाले भाइयों वास्ते तो कुछ अपने मुंडिया कहने के चलो जी झूठे छूटे लो जो साढ़े भट्टी साहब आ रहे जे बल्ले भट्टी साहब बल्ले भट्टी साहब बल्ले बल्ले भट्टी साहब भट्टी साहब तोड़ जाना जे ओए ओए भट्टी साहब राह दियो ओ गया जे भट्टी जी भट्टी भट्टी ओ भट्टी दी निकल गई जे चलो पट्टी निकल गई जे भट्टी साहब ताड़ी ते वाह भट्टी वाह माशाला जी इतने खूबसूरत इंजॉय कर रहे हैं इतने चंगा दिल लगा जी साहब वाह जित गए राह नहीं देना आ नहीं बेहतरीन काशी भाई की वारी आ गई जे हुण काशी भाई वेखो की करते उहदे नाल आ वेखो माशाला इतने रहायशी ते पैरां नाल ही जाई जा रहे उन्हां नूं तुरना नहीं पै रहा लो जी वो कहंदा भी वीडियो बनाओ मैं क्या चलो बन ली जे लो जी काशी दी ते ओ भाई दी साडे गाइडर दी फिर रेस लग गई जे दो बंदियां दी देखो हुण स्टार्ट लो काशी भाई पजाओ इनू पजाओ 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 ओ काशी ओए ओए ओ काशी ओए जान दे अल्लाह दे सुपुर्द काशी काशी अज नहीं रुकना काशी जित गया जे काशी आ गया मुंडा पजा वाह काशी काशी थले ला ओ गया ही थले एक वाह जी माशाल्लाह इतने खूबसूरत नजारिया दे विच पूरा एंजॉय हो रहा चलो भट्टी साहब ताड़ी वारी जे भट्टी साहब नहीं एक वारी ताड़ी भट्टी साहब जित गया कहिंदे हुण मैं हार ही ना जावां भट्टी साहब तुसीं जित गए हो वैसे भी नहीं बस माशाल्लाह इतने खूबसूरत एंजॉय हो रहा जे इतने रेसा लग रही जे मुंडियां दीआं फुल तो कभी साडा भट्टी जित गया जे भट्टी ने कहा मैं दूजी वारी हुण खेडना ही नहीं आया वाह भट्टी ठीक है अपने नाम कप हो गया जे काशी दीआं दो हो गईआं दोवें एक काशी जित गया जे दूसरी हार गया जे ते हुण फिर वेखो की बनदा जे की नहीं तो बर्फ तो पूरी इतने हाइकिंग हो रही जे फटियां जीआं उन्होंने दित्तियां वा साडे गाइडर ने सानू कि लो जी इंजॉय करो तो मैं क्या तुसीं इंजॉय करो मैं भाइयों वास्ते वीडियो रिकॉर्ड करदा नाले ताडी दिखाना वा किहड़ी रेस हो रही जे किहड़ी नहीं तो माशाल्लाह भट्टी साहब जित के खलो रहे आ इत्थे भट्टी साहब दीआं मौजां भट्टी साहब मुबारक होवे तुसीं फट्टी तों अगे पहले नंबर ते चले गए हो लो जी वीवर्स फाइनली फुल इंजॉय होया जे इत्थे आ के शारदा दे विच बर्फा दे पूरा इंजॉय कर लिया जे ते पूरा VIP जिहा व्लॉग बनिया जे ते सारे वीर अपने चैनल नूं लाइक सबसक्राइब ते शेयर कर दिओ इत्थे ते बोलिया भी नहीं जांदे इन्नी ठंड जे ते बरहाल मैं क्या चलो वीरां वास्ते व्लॉग कढ़दे आ इक शारदा दी बर्फ दा ते सारे वीर हुण चैनल नूं लाइक सबसक्राइब ते शेयर कर दिओ इंशाल्लाह मिलांगे अगले व्लॉग दे नाल।